ਜੀ ਤੋਂ ਪੁੱਛਦੇ ਹਾਂ ਵੀ ਇਹ ਕਿੰਨੀ ਐਵਰੇਜ ਦਿੰਦਾ ਫਿਰ ਟਰੈਕਟਰ ਇਹਦੇ ਨਾਲ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਅਰਜਨ ਟਰੈਕਟਰ ਅਤੇ ਉਹਦੇ ਪਿੱਛੇ ਵੀ ਪਾਇਆ ਵਾ ਰੂਟਾਵੀਟਰ ਸ਼ਕਤੀਮਾਨ ਦਾ, ਅਤੇ ਦਿਖਾਉਂਦੇ ਉਹਦੀ ਪਰਫੋਰਮੈਂਸ ਤੁਹਾਨੂੰ। ਇਹ ਹੈ ਜੀਰੀ ਵਾਲਾ ਖੇਤ, ਪਹਿਲਾਂ ਇਹਨਾਂ ਨੇ ਉਰੇ ਤਵੀਆਂ ਮਾਰੀਆਂ ਅਤੇ ਉਸ ਤੋਂ ਬਾਅਦ ਹੁਣ ਮਾਰ ਰਹੇ ਰੂਟਾਵੀਟਰ। ਦੇਖ ਸਕਦੇ ਤੁਸੀਂ ਐਨ ਪੋਲਾ ਬਣ ਰਿਹਾ ਹੈ, ਤੁਹਾਨੂੰ ਮੈਂ ਦਿਖਾਉਂਦਾ ਅਰਜਨ ਟਰੈਕਟਰ। ਦੇਖ ਸਕਦੇ ਹੋ ਸ਼ਕਤੀਮਾਨ ਦਾ ਰੂਟਾਵੀਟਰ ਹੈ, ਬਹੁਤ ਹੀ ਵਧੀਆ ਪਰਫੋਰਮੈਂਸ ਹੈ ਇਹਦੀ। ਅਤੇ ਮਿੱਟੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ, ਇੱਧਰ ਵੀ ਦੇਖ ਸਕਦੇ ਹੋ, ਸਾਰਾ ਵਿੱਚ ਰਲਾ ਦਿੰਦਾ। ਅਤੇ ਟਰੈਕਟਰ ਕੋਈ ਬਹੁਤਾ ਲੋਡ ਨਹੀਂ ਲੈ ਰਿਹਾ ਅਤੇ ਐਨ ਵਧੀਆ ਚਾਲ ਚੱਲ ਰਿਹਾ ਦੇਖ ਸਕਦੇ ਹੋ, ਪਰਫੋਰਮੈਂਸ ਬਹੁਤ ਹੀ ਵਧੀਆ। ਇਹ ਮਹਿੰਦਰਾ 555 ਡੀ ਆਈ ਅਰਜਨ ਟਰੈਕਟਰ, 57 ਹੋਰਸ ਪਾਵਰ ਟਰੈਕਟਰ ਜੀ ਇਹ। ਟਰੈਕਟਰ ਬਿਲਕੁਲ ਵੀ ਧੂੰਆਂ ਨਹੀਂ ਦਿਖਾਉਂਦਾ। ਤੁਸੀਂ ਦੇਖੀ ਹੁਣ ਪਰਫੋਰਮੈਂਸ 7 ਫੁੱਟ ਰੂਟਾਵੀਟਰ ਦੀ, ਅਤੇ ਸ਼ਕਤੀਮਾਨ ਕੰਪਨੀ ਦਾ ਰੂਟਾਵੀਟਰ ਜੀ ਇਹ। ਭਾਈ ਜੀ ਤੋਂ ਪੁੱਛਦੇ ਹਾਂ ਵੀ ਇਹ ਕਿੰਨੀ ਐਵਰੇਜ ਦਿੰਦਾ ਫਿਰ ਟਰੈਕਟਰ ਇਹਦੇ ਨਾਲ। ਇਹ ਰੂਟਾਵੀਟਰ ਤਾਂ 7.5 ਲੀਟਰ ਖਾਂਦਾ ਜੀ ਘੰਟੇ ਦਾ। ਅੱਛਾ, ਹਾਂਜੀ, 1 ਘੰਟਾ 7.5 ਲੀਟਰ। ਅਤੇ ਟਰੈਕਟਰ ਦੇ ਵੀ ਵਧੀਆ ਲੋਡ ਲੂਡ ਕੋਈ ਨਹੀਂ ਬਹੁਤਾ ਲੈਂਦਾ? ਟਰੈਕਟਰ ਕੋਈ ਲੋਡ ਨਹੀਂ ਜੀ। ਤੁਸੀਂ ਹੁਣ ਇਹ ਇੱਕ ਵਾਰੀ ਮਾਰਿਆ ਹੈ ਨਾ ਉਰੇ? ਹਾਂਜੀ, ਦੂਈ ਵਾਰ ਫਿਰ ਮਾਰਨਾ ਜੀ? ਹਾਂਜੀ, ਬਸ ਬਰਸੀਨ ਵੇਚਣੀ ਆਪਾਂ ਨਾ ਉਰੇ। ਅਤੇ ਇਹਦੀ ਕੋਈ ਮੇਨਟੇਨੈਂਸ ਤੁਹਾਨੂੰ ਕੋਈ ਰੱਖਣੀ ਪੈਂਦੀ ਹੋਵੇ ਰੂਟਾਵੀਟਰ ਦੀ? ਸਾਲ ਹੋ ਗਿਆ ਅੱਜ ਤੱਕ ਕੋਈ ਤੇਲ ਨਹੀਂ ਪਾਇਆ, ਕੋਈ ਕੁਛ ਨਹੀਂ। ਅੱਛਾ, ਚੱਲ ਰਿਹਾ। ਚਲੋ ਠੀਕ ਹੈ ਜੀ। ਹੋਰ ਵੀ ਆਪਣੇ ਯਾਰ ਦੋਸਤਾਂ ਨੇ ਇਹੀ ਲਿਆ, ਕੋਈ ਹਾਲ ਤੱਕ ਕੰਪਲੇਂਟ ਨਹੀਂ ਆਈ ਸ਼ਕਤੀਮਾਨ ਦੀ। ਮਤਲਬ ਵਧੀਆ ਰੂਟਾਵੀਟਰ ਆਈ? ਬਹੁਤ ਵਧੀਆ ਜੀ। ਠੀਕ ਹੈ ਜੀ। ਅੱਗ ਲਾਉਣੇ ਨਾਲ ਇਹ ਵਧੀਆ, ਨਾਲੇ ਖੇਤ ਨੂੰ ਵੀ ਐਨ ਬਣਾ ਦਿੰਦਾ। ਖਾਦ ਮਿਲਦੀ ਆ? ਹੋਰ ਇਹ ਖਾਦ ਮਿਲਦੀ ਇਹਦੇ ਨਾਲ? ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਨਾਲ ਦੀ ਨਾਲ ਸ਼ੇਅਰ ਵੀ ਕਰ ਦਿਆ ਕਰੋ ਜੀ। ਵੀਡੀਓ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ।